ਓਨਟਾਰੀਓ ਤੋਂ ਹੈ ਜਿੱਥੇ ਆਉਣ ਵਾਲੀ 8 ਸਤੰਬਰ ਨੂੰ GTA ਇਲਾਕੇ ਦੇ ਵਿੱਚ ਕੰਟੇਨਰ ਟਰੱਕਿੰਗ ਐਸੋਸੀਏਸ਼ਨ ਆਫ ਓਨਟਾਰੀਓ ਵੱਲੋਂ ਡਿਸਕੀ ਗੁਰੂ ਘਰ ਵਿਖੇ ਹੜਤਾਲ ਸ਼ੁਰੂ ਕੀਤੀ ਜਾ ਰਹੀ ਹੈ। ਐਸੋਸੀਏਸ਼ਨ ਦੇ ਵੱਲੋਂ ਸਾਰੇ ਮੈਂਬਰਾਂ ਅਤੇ ਨੌਨ ਮੈਂਬਰਾਂ ਨੂੰ ਹੜਤਾਲ ਨੂੰ ਮੁਕੰਮਲ ਬਣਾਉਣ ਦੀ ਅਪੀਲ ਵੀ ਕੀਤੀ ਗਈ। ਦਰਅਸਲ ਇਹਨਾਂ ਕਰਮਚਾਰੀਆਂ ਦੇ ਹੜਤਾਲ 'ਤੇ ਜਾਣ ਦਾ ਕਾਰਨ ਪਿਛਲੇ 10 ਸਾਲਾਂ ਤੋਂ ਉਹਨਾਂ ਦੇ ਕੰਮ ਕਰਨ ਦੇ ਪੱਤਿਆਂ ਦੇ ਵਿੱਚ ਕੋਈ ਵਾਧਾ ਨਾ ਕਰਨਾ ਹੈ। ਦੱਸ ਦਈਏ ਕਿ ਬੀਤੇ 10 ਸਾਲਾਂ ਦੇ ਵਿੱਚ ਡੀਜ਼ਲ ਪਲੇਟਾਂ, ਇੰਸ਼ੋਰੈਂਸ, ਰਿਪੇਅਰ ਅਤੇ ਰਹਿਣ ਸਹਿਣ ਦੇ ਖਰਚੇ 3 ਗੁਣਾ ਕਰ ਦੇਣਾ। ਐਸੋਸੀਏਸ਼ਨ ਨੇ ਹਰ ਇੱਕ ਡਰਾਈਵਰ ਅਤੇ ਓਨਰ ਓਪਰੇਟਰ ਨੂੰ ਇਸ ਹੜਤਾਲ ਦਾ ਹਿੱਸਾ ਬਣਨ ਦੀ ਅਪੀਲ ਕੀਤੀ ਹੈ। ਉਹਨਾਂ ਇਹ ਵੀ ਅਪੀਲ ਕੀਤੀ ਹੈ ਕਿ ਪ੍ਰਦਰਸ਼ਨ ਸ਼ਾਂਤਮਈ ਤਰੀਕੇ ਦੇ ਨਾਲ ਹੀ ਹੋਏਗਾ। ਸਾਡੀਆਂ ਜੋ ਵੀ ਆਪਣੇ ਟੱਕਰ ਭਰਾਵਾਂ ਨੂੰ ਆਪਣੇ ਕੰਟੇਨਰ ਦਾ ਕੰਮ ਕਰਦੇ, ਉਹਨਾਂ ਨੂੰ ਜੋ ਵੀ ਪ੍ਰੋਬਲਮ ਆਈਆਂ ਆ ਰਹੀਆਂ ਜਾਂ ਸਾਨੂੰ ਫਿਊਲ ਐਕਸਪੈਂਸ ਜਾਂ ਲਾਈਸੈਂਸ ਪਲੇਟਸ ਐਂਡ ਇੰਸ਼ੋਰੈਂਸ ਐਂਡ ਐਵਰੀਥਿੰਗ ਜਿਹੜੀ ਸਾਡੀ ਅੱਪ ਜਾ ਰਹੀਆਂ ਉਹਨਾਂ ਨੂੰ ਲੈ ਕੇ ਅਸੀਂ ਇਸ ਮਸ਼ੀਨ ਨੂੰ ਹੋਂਦ 'ਚ ਲਿਆਏ ਸੀਗੇ, ਕਿਉਂਕਿ ਐਵਰੀ ਡੇ ਅਸੀਂ ਜਿੱਦਾਂ ਵੀ ਆਪਣਾ ਕੰਮ ਕਰ ਰਹੇ ਹਾਂ ਦਿਨ ਬਾਈ ਦਿਨ ਇਸ ਦੇ ਰੇਟ ਜਿਹੜੇ ਥੱਲੇ ਆ ਰਹੇ ਆ, ਐਕਸਪੈਂਸ ਸਾਡੇ ਵਧੀ ਜਾਂਦੇ ਆ। ਸੋ ਉਹਨਾਂ ਚੀਜ਼ਾਂ ਨੂੰ ਨੋਟਿਸ ਕਰਦੇ ਹੋਏ ਅਸੀਂ ਐਸੋਸੀਏਸ਼ਨ ਨੂੰ ਸਾਰੀਆਂ ਕੰਪਨੀਆਂ ਜਿਹੜੇ ਆਪਣੇ ਡਰਾਈਵਰ ਭਰਾ ਜਾਂ ਬ੍ਰੋਕਰ ਆ ਉਹਨਾਂ ਰਲ ਕੇ ਇਸ ਨੂੰ ਹੋਂਦ 'ਚ ਲਿਆਂਦਾ ਲਾਸਟ ਈਅਰ। ਉਹ ਅਸੀਂ ਰਿਕੁਐਸਟ ਕੀਤੀ ਆ ਜੀ ਆਪਣੀ 8 ਸਤੰਬਰ 2015 ਨੂੰ, ਉਸ ਦਿਨ ਤੁਸੀਂ ਸਟੋਪ ਕਰ ਰਹੇ ਹਾਂ 12 AM ਤੋਂ ਬਾਅਦ 'ਚੋਂ, ਰਾਤ ਦੇ 12 ਵਜੇ ਤੋਂ ਬਾਅਦ 'ਚੋਂ। ਪਲੀਜ਼ ਅਸੀਂ ਰਿਕੁਐਸਟ ਹੀ ਕਰਦੇ ਹਾਂ ਸਾਰੇ ਆਪਣੇ ਜਿੰਨੇ ਵੀ ਮੈਂਬਰ ਆ ਜਾਂ ਨੌਨ ਮੈਂਬਰ ਜਿਹੜੇ ਸਾਡੇ ਨਾਲ ਹੋਰ ਜੁੜਨੇ ਨੇ ਇਸ ਇੰਡਸਟਰੀ 'ਚ, ਕੰਟੇਨਰ ਟਰੱਕਿੰਗ ਇੰਡਸਟਰੀ 'ਚ ਕੰਮ ਕਰਦੇ ਆ, ਪਲੀਜ਼ ਸਟੋਪ ਕਰਨ ਵਰਕ। ਅਸੀਂ ਉਹਨਾਂ ਭਰਾਵਾਂ ਕਰਕੇ ਜਿਹੜੇ ਇਸ ਚੀਜ਼ ਨੂੰ ਐਸੋਸੀਏਸ਼ਨ ਨੂੰ ਹੋਂਦ 'ਚ ਲੈ ਕੇ ਆਇਆ ਸੀ, ਇਸ ਨੂੰ ਕਾਮਯਾਬ ਬਣਾਉਣ ਲਈ, ਗਾਂ ਆਪਣੇ ਫਿਊਚਰ ਨੂੰ ਬ੍ਰਾਈਟ ਕਰਨ ਲਈ ਅਸੀਂ ਇਸ ਚੀਜ਼ ਨੂੰ, ਤਾਂ ਅਸੀਂ ਆਪਣਾ ਕੰਮ ਸਟੋਪ ਕਰ ਰਹੇ ਹਾਂ।